ਸਤਿ ਸ਼੍ਰੀ ਅਕਾਲ ਜੀ। ਪੰਜਾਬ ਜੀ ਕੇ ਦੇ 20 ਕੁਸ਼ਚਨ ਲੈ ਕੇ ਆਏ ਹਾਂ, ਡਿਸਕਸ ਕਰਨ ਲੱਗੇ ਹਾਂ। ਪਹਿਲਾ ਕੁਸ਼ਚਨ ਹੈ, RT-PCR ਡੈਸ਼ ਦੀ ਇੱਕ ਡਾਇਗਨੋਸਟਿਕ ਵਿਧੀ ਹੈ COVID-19। ਮਤਲਬ ਇਹ ਕੁਸ਼ਚਨ ਸਾਰੇ ਪਿਛਲੇ ਜਿਹੜੀਆਂ ਸ਼ਿਫਟਾਂ ਹੋਈਆਂ ਸੀ ਪਿਛਲੇ ਸਾਲ ਉਹਦੇ ਨੇ। ਅਤੇ ਦੇਖੋ ਇਸ ਸਾਲ ਵੀ ਕਿੰਨੇ ਕੁਸ਼ਚਨ ਰਿਪੀਟ ਹੋਏ ਨੇ, ਮੈਂ ਹਰੇਕ ਦੱਸੀ ਜਾਊਂਗਾ ਕਿਹੜਾ ਕਿਵੇਂ ਰਿਪੀਟ ਹੋਇਆ। ਪੰਜਾਬ ਦਾ ਕਿਹੜਾ ਮਹਿਲ ਫਰਾਂਸੀਸੀ ਉਸਾਰੀ ਕਲਾ ਤੋਂ ਪ੍ਰੇਰਿਤ ਹੈ? ਜਗਜੀਤ ਪੈਲਸ, ਹੁਣ ਆਹ ਵੀ ਰਿਪੀਟ ਹੋਇਆ ਹੋਇਆ। ਅੰਮ੍ਰਿਤਸਰ ਦੇ ਰਾਮ ਬਾਗ ਗਾਰਡਨ ਨੂੰ ਕਿਸ ਬਾਗ ਦੀ ਤਰਜ਼ 'ਤੇ ਬਣਾਇਆ ਗਿਆ ਹੈ? ਸ਼ਾਲੀਮਾਰ ਗਾਰਡਨ, ਲਾਹੌਰ। ਇਹ ਇੰਪੋਰਟੈਂਟ ਆ ਕੁਸ਼ਚਨ, ਅੱਗੇ ਆ ਸਕਦਾ। ਨਵੇਂ ਪੰਜਾਬੀ ਰਾਜ ਲਈ ਚਲਾਈ ਗਈ ਪੰਜਾਬੀ ਸੂਬਾ ਲਹਿਰ ਦੀ ਮੰਗ ਦਾ ਆਧਾਰ ਕੀ ਸੀ? ਆਂਸਰ ਸੀਗਾ ਭਾਸ਼ਾ। ਅੰਮ੍ਰਿਤਸਰ ਦੀ ਸੰਧੀ 1809 ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਦੀ ਪੂਰਬੀ ਸੀਮਾ ਦੇ ਰੂਪ ਵਜੋਂ ਕਿਹੜੀ ਨਦੀ ਨੂੰ ਨਿਰਧਾਰਿਤ ਕੀਤਾ ਗਿਆ ਸੀ? ਇਹਦਾ ਆਂਸਰ ਹੈ ਸਤਲੁਜ ਦਰਿਆ। ਅੱਗੇ ਹੈ, ਫਾਜ਼ਿਲਕਾ ਜ਼ਿਲ੍ਹੇ ਦੇ ਸ਼੍ਰੀ ਪੋਖਰ ਸਿੰਘ ਨੇ ਨਿਮਨਲਿਖਤ ਵਿੱਚੋਂ ਕਿਸ ਨਾਚ ਨੂੰ ਮੁੜ ਸੁਰਜੀਤ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ? ਝੂਮਰ। ਤਾਂ ਇਹ ਤਾਂ ਚੇਂਜ ਹੋਣਾ ਹੀ ਨਹੀਂ ਹੈਗਾ, ਇਹ ਇਸੇ ਤਰ੍ਹਾਂ ਕੁਸ਼ਚਨ ਰਹਿਣਾ, ਇਹ ਰਿਪੀਟ ਹੋ ਸਕਦੇ ਨੇ ਅੱਗੇ। 1980 ਦੇ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ? ਦਰਬਾਰਾ ਸਿੰਘ। ਇਹਨਾਂ ਵਿੱਚੋਂ ਕਿਹੜੀ ਭੰਗੜਾ ਸ਼ੈਲੀ ਨੂੰ ਹਵਾ ਵਿੱਚ ਇੱਕ ਲੱਤ ਚੁੱਕਦੇ ਹੋਏ ਪੇਸ਼ ਕੀਤਾ ਜਾਂਦਾ ਹੈ? ਝੰਗ ਝੂਮਰ, ਲੁੱਡੀ, ਰਾਵੀ ਝੂਮਰ ਜਾਂ ਸਿਆਲਕੋਟੀ? ਇਹਦਾ ਆਂਸਰ ਹੈ ਸਿਆਲਕੋਟੀ, ਕਿਉਂਕਿ ਇਹ ਕੁਸ਼ਚਨ ਇੱਦਾਂ ਦੇ ਨੇ, ਆਪਣੀਆਂ ਕਿਤਾਬਾਂ 'ਚ ਤਾਂ ਮਿਲਦੇ ਨਹੀਂ ਹੈਗੇ, ਪਰ ਪੇਪਰਾਂ 'ਚ ਆਏ ਨੇ, ਆਹ ਜ਼ਰੂਰ ਕਰ ਲਿਓ ਕੁਸ਼ਚਨ। ਫਿਰ ਹੈ, ਨਿਮਨਲਿਖਤ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਸਥਿਤ ਮੁਕਤੇਸ਼ਵਰ ਮੰਦਰ, ਜਿਸ ਨੂੰ ਮੰਨਿਆ ਜਾਂਦਾ ਹੈ ਕਿ ਪਾਂਡਵਾਂ ਨੇ ਆਪਣੇ ਦੇਸ਼ ਨਿਕਾਲੇ ਦਾ ਆਖਰੀ ਸਾਲ ਉੱਥੇ ਗੁਜ਼ਾਰਿਆ? ਇਹ ਕਿੱਥੇ ਹੈ? ਪਠਾਨਕੋਟ। ਅੱਗੇ ਹੈਗਾ, ਪੰਚਾਇਤ ਸਮਿਤੀ ਭਾਰਤ ਵਿੱਚ ਡੈਸ਼ ਪੱਧਰ 'ਤੇ ਇੱਕ ਸਥਾਨਕ ਸਰਕਾਰੀ ਸੰਸਥਾ ਹੈ, ਤਹਿਸੀਲ ਪੱਧਰ 'ਤੇ। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਪੰਚਾਇਤਾਂ ਦੇ ਖਾਤਿਆਂ ਦੇ ਆਡਿਟ ਨਾਲ ਸੰਬੰਧਿਤ ਹੈ? ਆਰਟੀਕਲ 243J। ਪੰਜਾਬ ਦੇ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕਿਹੜਾ ਖਣਿਜ ਮਿਲਦਾ ਹੈ? ਕੁਆਟ, ਜਾਈਟ। ਅਗਲਾ ਕੁਸ਼ਚਨ ਹੈ, ਰਜ਼ੀਆ ਸੁਲਤਾਨਾ ਨੂੰ ਪੰਜਾਬ ਦੇ ਕਿਸ ਕਿਲ੍ਹੇ ਵਿੱਚ ਬੰਦੀ ਬਣਾਇਆ ਗਿਆ ਸੀ? ਇਹਦਾ ਆਂਸਰ ਹੈ ਬਠਿੰਡੇ ਦਾ ਕਿਲ੍ਹਾ। ਆਪਸ਼ਨ ਦੇ ਕਮੈਂਟ 'ਚ ਦੱਸਿਓ ਬਠਿੰਡੇ ਦੇ ਪੁਰਾਣੇ ਨਾਮ ਕਿਹੜੇ ਕਿਹੜੇ ਨੇ। ਪੰਜਾਬ ਨੂੰ ਭਾਰਤ ਦੀ ਡੈਸ਼ ਬਾਸਕਟ ਵੀ ਕਹਿੰਦੇ ਹਨ? ਗ੍ਰੇਨ, ਰਾਈਸ, ਬ੍ਰੈਡ ਜਾਂ ਮਿਲਟ? ਇਹਦਾ ਆਂਸਰ ਹੈ ਬ੍ਰੈਡ ਬਾਸਕਟ। ਅੱਗੇ ਸੀ, 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਰਾਜ ਵਿੱਚ ਕਿੰਨੇ ਜ਼ਿਲ੍ਹਿਆਂ ਵਿੱਚ ਸਿੱਖ ਬਹੁਗਿਣਤੀ ਧਰਮ ਸੀ? 16 ਜ਼ਿਲ੍ਹਿਆਂ ਦੇ ਵਿੱਚ। ਫਿਰ ਹੈ, ਕਿਸ ਦੇ ਆਧਾਰ 'ਤੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਇਲੈਕਟ ਹੁੰਦੇ ਹਨ? ਅਡਲਟ ਪਾਪੂਲੇਸ਼ਨ, ਯੂਨੀਵਰਸਲ ਅਡਲਟ ਫਰੈਂਚਾਈਜ਼ੀ, ਪਾਵਰਫੁਲ ਪੀਪਲ ਅਤੇ ਪਾਪੂਲੇਸ਼ਨ? ਇਹਦਾ ਆਂਸਰ ਹੈ ਬੀ। ਪੰਜਾਬ ਨੇ ਕਿਸ ਸਾਲ 100% ਬਿਜਲੀ ਦਾ ਟਾਰਗੇਟ ਅਚੀਵ ਕੀਤਾ? ਇਹ ਕੁਸ਼ਚਨ ਆਇਆ ਇਸ ਵਾਰ ਪੇਪਰ ਦੇ ਵਿੱਚ, ਰਿਪੀਟ ਹੋਇਆ, 1976। 8 ਕੋਨਿਆਂ ਵਾਲਾ ਖੂਹ ਢੋਲ ਵਾਹਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਹੁਸ਼ਿਆਰਪੁਰ। ਢੋਲ ਵਾਹਾ ਬਾਰੇ ਜ਼ਰੂਰ ਦੱਸਿਓ ਵੀ ਢੋਲ ਵਾਹਾ ਕੀ ਹੈ, ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ। ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ, ਇਹ ਪਾਬੰਦੀ ਕਿਸ ਮਿਤੀ ਤੋਂ ਲਾਗੂ ਹੋਈ? 1 ਜੁਲਾਈ 2002 ਤੋਂ। ਈਸਰ ਸਿੰਘ ਮਜੈਲ ਕਿਸ ਸਾਲ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ? ਆਂਸਰ ਸੀਗਾ 1946। ਤਾਂ ਇਹ 20 ਕੁਸ਼ਚਨ ਨੇ ਜਿਹੜੇ ਪੰਜਾਬ ਜੀ ਕੇ ਨਾਲ ਰਿਲੇਟ ਨੇ, ਅਤੇ ਅੱਗੇ ਜਿਹੜੇ ਤੁਹਾਡੇ ਹੋਣ ਵਾਲੇ ਪੇਪਰ ਨੇ
ਉਹ ਚਾਹੇ ਬੈਂਕ ਇਹਦੇ ਲਾ ਲਓ ਤੁਸੀਂ, ਪੰਜਾਬ ਪੁਲਿਸ ਵਾਲੇ ਜਾਂ ਜਿਹੜੇ ਅੱਗੇ ਜੋ ਵੀ ਪੋਸਟਾਂ ਨਿਕਲੀਆਂ ਨੇ ਉਹਨਾਂ ਦੇ ਲਈ ਵੀ ਬਹੁਤ ਇੰਪੋਰਟੈਂਟ ਹੈ। ਇਹਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।